ਅੱਜ ਹੀ ਡਾਊਟਨਟ ਐਪ ਡਾਊਨਲੋਡ ਕਰੋ। ਡਾਊਟਨਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਆਪਣੇ ਕੋਲ ਕੁਐਸਚਨ ਦੇ ਵਿੱਚ ਆਪਾਂ ਨੂੰ ਕੀ ਦਿੱਤਾ ਹੈ, 12 ਪੀਕੋ ਫੈਰਡ ਦਾ ਕਪੈਸੀਟਰ ਆਪਣੇ ਕੋਲ, ਜਿਹੜਾ ਕਿ ਕਨੈਕਟਡ ਹੈ 50 ਵੋਲਟ ਦੀ ਬੈਟਰੀ ਨਾਲ। ਆਪਾਂ ਇਲੈਕਟ੍ਰੋਸਟੈਟਿਕ ਐਨਰਜੀ ਸਟੋਰ ਕਰਨੀ ਹੈਗੀ ਕਪੈਸੀਟਰ ਦੇ ਵਿੱਚ। ਆਪਣੇ ਕੋਲ ਕਪੈਸੀਟਰ ਦਿੱਤਾ ਹੈ ਅਤੇ ਜਿਹੜਾ ਇਹ ਕਨੈਕਟਡ ਹੈ ਬੈਟਰੀ ਦੇ ਨਾਲ ਕਨੈਕਟਡ ਹੈ ਕਪੈਸੀਟਰ। ਆਪਣੇ ਕੋਲ ਸੀ ਦੀ ਵੈਲਿਊ ਕਿੰਨੀ ਦਿੱਤੀ ਹੋਈ ਹੈ, 12 ਪੀਕੋ ਫੈਰਡ। ਬੈਟਰੀ ਦੀ ਵੋਲਟੇਜ ਕਿੰਨੀ ਹੈ, 50 ਵੋਲਟ। ਕਰੰਟ ਫਲੋ ਕਰੂਗਾ ਕਿਊ ਸਰਕਿਟ ਦੇ ਥਰੂ, ਅਤੇ ਫਿਰ ਆਪਣੇ ਕਪੈਸੀਟਰ 'ਤੇ ਚਾਰਜ ਇੰਡਿਊਸ ਹੋਜੂ। ਇਸ ਪਲੇਟ 'ਤੇ ਪਲੱਸ ਕਿਊ ਐਂਡ ਇਸ ਪਲੇਟ 'ਤੇ ਮਾਈਨਸ ਕਿਊ। ਜਿਹੜਾ ਆਪਣਾ ਇਲੈਕਟ੍ਰਿਕ ਫੀਲਡ ਹੁੰਦਾ ਉਹ ਪੋਜ਼ਿਟਿਵ ਟੂ ਨੈਗੇਟਿਵ ਫਲੋ ਕਰਦਾ। ਇਲੈਕਟ੍ਰਿਕ ਫੀਲਡ ਹੋਣ ਕਰਕੇ ਆਪਣੇ ਕੋਲ ਜਿਹੜੀ ਐਨਰਜੀ ਸਟੋਰ ਹੋਊਗੀ ਉਹ ਤੁਹਾਨੂੰ ਪਲੇਟਸ ਦੇ ਵਿੱਚ ਹੋਊਗੀ। ਤਾਂ ਫਿਰ ਹੁਣ ਆਪਾਂ ਐਨਰਜੀ ਸਟੋਰ ਕਰਨੀ ਹੈ, ਕਿੰਨੀ ਐਨਰਜੀ ਸਟੋਰ ਹੋ ਰਹੀ ਹੈਗੀ। ਸੀ ਆਪਣੇ ਕੋਲ 12, ਇਹਨੂੰ ਆਪਾਂ ਫੈਰ ਦੇ ਵਿੱਚ ਕਨਵਰਟ ਕਰ ਲਾਂਗੇ, 12 ਇੰਟੂ 10 ਮਾਈਨਸ 12 ਫੈਰਡ। ਵੋਲਟੇਜ ਆਪਾਂ ਦਿੱਤੀ ਹੋਈ ਹੈ 50 ਵੋਲਟ। ਆਪਣੇ ਕੋਲ ਐਨਰਜੀ ਸਟੋਰ ਦਾ ਫਾਰਮੂਲਾ ਹੋਊਗਾ, ਹਾਫ ਸੀ ਵੀ ਸਕੁਅਰ ਇਜ ਇਕੁਅਲ ਟੂ, ਆਪਣੇ ਕੋਲ ਕਿੰਨਾ ਆ ਜਾਊਗਾ, ਹਾਫ ਉੱਦਾਂ ਹੀ ਰਹਿ ਜਾਊ। ਸੀ ਦੀ ਵੈਲਿਊ ਆਪਣੇ ਕੋਲ ਕਿੰਨੀ ਹੈ, 12 ਇੰਟੂ 10 ਸਕੁਅਰ ਮਾਈਨਸ 12 ਵੀ 50, 50 ਦਾ ਸਕੁਅਰ ਹੋ ਜਾਊਗਾ। ਕੈਲਕੂਲੇਸ਼ਨ ਕਰਕੇ ਆਪਣੇ ਕੋਲ ਈ ਦੀ ਵੈਲਿਊ ਕਿੰਨੀ ਆ ਜੋ 1.45 ਇੰਟੂ 10 ਸਕੁਅਰ 8 ਚਲ